ਦੁਨੀਆ ਦੇ ਜਿੰਨੇ ਵੀ ਫਿਲਾਸਫਰ ਨੇ ਜਿਨ੍ਹਾਂ ਨੂੰ ਅੱਜ ਤੱਕ ਤੁਸੀਂ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ, ਜਦੋਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਦੁਨੀਆ ਦੀਆਂ ਸਾਰੀਆਂ ਬੁਰਿਆਈਆਂ ਨੂੰ ਗੁਰੂ ਗ੍ਰੰਥ ਸਾਹਿਬ ਖਤਮ ਕਰ ਸਕਦਾ ਹੈ। ਅਤੇ ਡਾਕਟਰ ਬਰਨਾਲ ਸ਼ਾਹ ਇੱਥੋਂ ਤੱਕ ਕਹਿੰਦਾ ਵੀ ਦੁਨੀਆ ਦਾ ਕੋਈ ਵੀ ਐਸਾ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਪਾਣ ਬਾਣੀ ਦੇ ਵਿੱਚ ਨਾ ਹੋਵੇ, ਅਤੇ ਦੁਨੀਆ ਦੀ ਕੋਈ ਐਸੀ ਉਲਝਣ ਨਹੀਂ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸੁਲਝਾ ਨਾ ਸਕੇ। ਪਰ ਜਿੰਨੀਆਂ ਉਲਝਣਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਸੁਲਝਾ ਸਕਦੇ ਨੇ, ਜੋ ਸਾਡੇ ਕੋਲ ਮਹਾਨ ਖਜ਼ਾਨਾ ਹੈ ਓਨੇ ਹੀ ਆਪਾਂ ਉਲਝੇ ਪਏ ਹਾਂ, ਉਹਦੇ ਤੋਂ ਜ਼ਿਆਦਾ। ਜਿਵੇਂ ਮੱਕੜੀ ਆਪਣਾ ਜਾਲਾ ਖੁਦ ਬੁਣਦੀ ਹੈ ਨਾ, ਅਤੇ ਜਾਲਾ ਬੁਣਨ ਤੋਂ ਬਾਅਦ, ਜਾਲਾ ਬਣਾਉਣ ਤੋਂ ਬਾਅਦ ਕਈ ਵਾਰ ਵੇਖਦੇ ਹਾਂ ਉਹਦੇ ਵਿੱਚ ਫਸ ਜਾਂਦੀ ਹੈ, ਤੋ ਇੰਨਾ ਡੂੰਘਾ ਫਸ ਜਾਂਦੀ ਹੈ ਕਿ ਜਾਲੇ ਦਾ ਹੀ ਸ਼ਿਕਾਰ ਹੋ ਜਾਂਦੀ ਹੈ। ਇਹਨੂੰ ਗੁਰਬਾਣੀ ਵਿੱਚ ਕਹਿੰਦੇ ਨੇ ਦੱਦੈ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਕਹਿੰਦੇ ਕਿਸੇ ਦੂਜੇ ਨੂੰ ਦੋਸ਼ ਦੇਣ ਦੀ ਬਜਾਏ ਤੂੰ ਇਹ ਸੋਚ ਕਿਤੇ ਤੂੰ ਮੱਕੜੀ ਬਣ ਕੇ ਜਾਲਾ ਤਾਂ ਨਹੀਂ ਬਣਿਆ, ਆਪ ਤਾਂ ਖੁਦ ਨਹੀਂ ਖਲਾਰਾ ਖਲਾ ਰਿਹਾ ਜਿਹਦੇ ਵਿੱਚ ਤੂੰ ਫਸ ਗਿਓ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਮਾਂ ਦੀ ਵੀ ਗੱਲ ਕੀਤੀ ਹੈ ਵੀ ਕਰਮ ਹੁੰਦੇ ਕੀ ਹੈ। ਇੱਕ ਉਹ ਕਰਮ ਨੇ, ਬੜਾ ਥੋੜ੍ਹਾ ਟਾਈਮ ਹੈ ਮੇਰੇ ਕੋਲ, 15 ਮਿੰਟ, ਇਹਦੇ ਵਿੱਚ ਗੱਲ ਕਹਿਣੀ ਸਾਰੀ। ਗੁਰੂ ਗ੍ਰੰਥ ਸਾਹਿਬ ਨੇ ਕਰਮਾਂ ਦੀ ਵੀ ਗੱਲ ਕੀਤੀ ਹੈ, ਕਰਮ ਕਰਮ ਦਾ ਮਤਲਬ ਹੁੰਦਾ ਕੰਮ ਕਰਨੇ, ਪਰ ਦੂਸਰੇ ਪਾਸੇ ਇਹਦਾ ਆਪਾਂ ਮਤਲਬ ਇਹ ਵੀ ਕੱਢਦੇ ਹਾਂ ਵੀ ਸਾਡੇ ਕਰਮ ਬੜੇ ਮਾੜੇ ਸੀ, ਇਸ ਕਰਕੇ ਸਾਡੇ ਘਰ 'ਚ ਗਰੀਬੀ ਆਈ, ਸਾਡੇ ਕਰਮ ਬੜੇ ਮਾੜੇ ਸੀ ਇਸ ਕਰਕੇ ਸਾਨੂੰ ਦੁੱਖ ਆਇਆ, ਸਾਡੇ ਕਰਮ ਬੜੇ ਮਾੜੇ ਸੀ ਇਸ ਕਰਕੇ ਸਾਡੇ ਘਰ ਦੇ ਵਿੱਚ ਪ੍ਰੋਬਲਮਾਂ ਨੇ, ਆਪਾਂ ਦੂਸਰੇ ਕਰਮ ਲੈ ਕੇ ਬਹਿੰਦੇ। ਫਿਰ ਉਹ ਕਰਮਾਂ ਦੇ ਚੱਕਰ ਵਿਊ ਦੇ ਵਿੱਚੋਂ ਨਿਕਲਣ ਦੇ ਲਈ ਅਸੀਂ ਸਿਆਣਿਆਂ ਦੇ ਕੋਲ ਜਾਂਦੇ ਹਾਂ, ਜੋਤਸ਼ੀਆਂ ਦੇ ਕੋਲ ਜਾਂਦੇ ਹਾਂ, ਧਾਗੇ ਤਵੀਤ ਦੇਣ ਵਾਲਿਆਂ ਦੇ ਕੋਲ ਜਾਂਦੇ ਹਾਂ, ਫਿਰ ਉਹ ਸਾਡਾ ਨਿਬੇੜਾ ਕਰਦੇ ਨੇ ਵੀ ਕਿਹੜੇ ਤਰੀਕੇ ਦੇ ਨਾਲ ਅਸੀਂ ਆਪਣੇ ਕਰਮ ਸੁਧਾਰ ਸਕਦੇ ਹਾਂ। ਹੁੰਦਾ ਕੀ ਹੈ, ਸਾਰਾ ਵਹਿਮ, ਕਿਸੇ ਨੂੰ ਕੁਝ ਨਹੀਂ ਪਤਾ ਸਾਡੇ ਨਾਲ ਕੀ ਹੋ ਰਿਹਾ, ਸਾਨੂੰ ਆਪਣੇ ਆਪ ਨੂੰ ਪਤਾ ਹੁੰਦਾ ਆਪਾਂ ਕੀ ਕਰ ਰਹੇ ਹਾਂ ਸਾਰਾ ਕੁਛ। ਪਰ ਗੁਰੂ ਗ੍ਰੰਥ ਸਾਹਿਬ ਦੀ ਪਾਣ ਬਾਣੀ ਨੇ ਆਖਿਆ, ਕਹਿੰਦੇ ਨੇ ਬੰਦਿਆ ਤੇਰੇ ਕੰਮ ਨੇ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਅਗਲਾ ਜਿਹੜੀ ਗੱਲ ਸਤਿਗੁਰ ਨੇ ਕਮਾਲ ਦੀ ਗੱਲ ਕਹੀ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੱਲ ਕੰਮਾਂ ਦਾ ਹੈ, ਨਿਬੇੜਾ ਕਿੱਥੇ ਹੋਣਾ ਕੰਮਾਂ 'ਤੇ। ਕਰਮਾਂ ਕਰਮ ਮਤਲਬ ਉਹ ਨਹੀਂ ਆਪਾਂ ਕਹਿਣੇ ਵੀ ਪਿਛਲੇ ਜਨਮ ਦੇ ਵਿੱਚ ਆਪਾਂ ਕੋਈ ਕਰਮ ਮਾੜੇ ਕੀਤੇ ਜੀ, ਇਸ ਜਨਮ 'ਤੇ ਸਾਨੂੰ ਪਾਪ ਲੱਗਾ, ਪਿਛਲੇ ਜਨਮ 'ਚ ਮਾੜੇ ਕੰਮ ਕੀਤੇ, ਇਸ ਜਨਮ 'ਚ ਆਪਾਂ ਦੁੱਖ ਭੋਗ ਰਹੇ ਹਾਂ। ਆਪਾਂ ਕਈ ਵਾਰ ਇਹ ਜਿਹੜੀ ਨਾ ਇਹ ਮਿਥੋਲਜੀ ਹੈ, ਮਿਥਿਹਾਸ ਹੈ, ਸਮਝਦੇ ਹੋ, ਫੇਕ ਗੱਲਾਂ ਨੇ ਵੀ ਜਿਵੇਂ ਆਪਾਂ ਕਹਿ ਦਈਏ ਵੀ ਲਖਵਿੰਦਰ ਸਿੰਘ ਨੇ ਮਾੜਾ ਕੰਮ ਕੀਤਾ ਅਤੇ ਉਹਦੇ ਪੁੱਤ ਨੂੰ ਜਾ ਕੇ ਪਾਪ ਲੱਗਾ, ਉਹਨੂੰ ਭੁਗਤਣਾ ਪਿਆ, ਵੀ ਅਸੀਂ ਮਾੜਾ ਕੰਮ ਕੀਤਾ ਸਾਡੇ ਬੱਚੇ ਭੁਗਤਣਗੇ, ਅਤੇ ਜਿਹੜੇ ਜੇ ਸਾਡੇ ਦਾਦੇ ਨੇ ਮਾੜਾ ਕੰਮ ਕੀਤਾ ਅਤੇ ਸਾਡੇ ਪਿਓ ਨੇ ਭੁਗਤਿਆ, ਅਤੇ ਜੇ ਸਾਡਾ ਪਿਓ ਮਾੜਾ ਕੰਮ ਕਰ ਰਿਹਾ ਅਤੇ ਸਾਡੇ ਉਹਦੇ ਬੱਚੇ ਭੁਗਤਣਗੇ, ਭਾਵ ਅਸੀਂ ਭੁਗਤਾਂਗੇ, ਇਹ ਸੋਚ ਸੀ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰਾ ਨਿਬੇੜਾ ਕਰ ਦਿੱਤਾ, ਕਹਿੰਦੇ ਐਸਾ ਕੁਝ ਨਹੀਂ ਹੁੰਦਾ, ਇਹ ਕਰ ਕਰੇ ਸੋ ਇਹ ਕਰ ਪਾਏ। ਇਹਦਾ ਮਤਲਬ ਹੈ ਜਿਹੜਾ ਹੱਥ ਕੰਮ ਕਰਦਾ ਉਹ ਹੱਥ ਸਜ਼ਾ ਪਾਉਂਦਾ, ਇਹ ਨਹੀਂ ਸਤਿਗੁਰੂ ਨੇ ਲਿਖਿਆ ਵੀ ਸੱਜਾ ਹੱਥ ਕੰਮ ਕਰਦਾ ਅਤੇ ਖੱਬੇ ਨੂੰ ਸਜ਼ਾ ਮਿਲਦੀ, ਮਤਲਬ ਕਿ ਸਮਝਾਉਣ ਵਾਲੀ ਗੱਲ ਹੈ। ਜੇਕਰ ਅਸੀਂ ਕੋਈ ਮਾੜਾ ਕੰਮ ਕਰਦੇ ਹਾਂ ਤਾਂ ਤੱਟ ਫੱਟ ਉਹਦਾ ਫੈਸਲਾ ਵਾਹਿਗੁਰੂ ਕਰ ਦਿੰਦਾ, ਪਰ ਸਾਨੂੰ ਕਈ ਵਾਰ ਨਹੀਂ ਪਤਾ ਲੱਗਦਾ। ਜੋ ਅਸੀਂ ਜੇਕਰ ਮਾੜਾ ਕਰਦੇ ਹਾਂ ਤਾਂ ਨੈਚੁਰਲੀ ਸਾਡੀ ਆਤਮਾ ਨੂੰ ਦੁੱਖ ਲੱਗਦਾ, ਸਾਡੀ ਆਤਮਾ ਝੰਜੋੜਦੀ ਹੈ, ਸਾਨੂੰ ਸਾਡਾ ਮਨ ਦੁਖੀ ਹੋਣਾ ਸ਼ੁਰੂ ਹੋ ਜਾਂਦਾ, ਅਤੇ ਦੁੱਖ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ। ਮੰਨ ਲਓ ਕਿਸੇ ਦਾ ਬੁਰਾ ਕਰਕੇ ਬਹੁਤ ਸਾਰੇ ਪੈਸੇ ਇਨਸਾਨ ਕਮਾ ਲਏ, ਜੇ ਸਾਰੀ ਰਾਤ ਬੰਦੇ ਨੂੰ ਬਿਸਤਰੇ 'ਤੇ ਨੀਂਦ ਨਾ ਆਵੇ, ਉਸਲ ਵਾਟੇ ਭੰਨਦਾ ਰਹੇ, ਦੁਖੀ ਹੁੰਦਾ ਰਹੇ, ਤਾਂ ਉਹ ਬੰਦਾ ਨਰਕ ਦੇ ਵਿੱਚ ਹੀ ਹੁੰਦਾ, ਨਰਕ ਦੇ ਵਿੱਚ ਹੀ ਹੁੰਦਾ ਉਹ। ਅਤੇ ਸਤਿਗੁਰੂ ਨੇ ਕਿਹਾ, ਕਹਿੰਦੇ ਨੇ ਕਰਮ ਉਹ ਨਹੀਂ ਜਿਹੜੇ ਪਿਛਲੇ ਸਮੇਂ ਵਿੱਚ ਕੀਤੇ, ਸਾਨੂੰ ਕੀ ਪਤਾ ਆਪਾਂ ਪਹਿਲਾਂ ਕੁਝ ਹੈ ਸੀ ਜਾਂ ਨਹੀਂ, ਕਿਉਂਕਿ ਗੁਰਬਾਣੀ ਤਾਂ ਇਸ ਚੀਜ਼ ਨੂੰ ਨਹੀਂ ਨਾ ਮੰਨਦੀ, ਗੁਰਬਾਣੀ ਤਾਂ ਇਸ ਜਨਮ ਦੀ ਗੱਲ ਕਰਦੀ। ਜਿਵੇਂ ਬਾਬਾ ਫਰੀਦ ਸਾਹਿਬ ਨੇ ਆਖਿਆ, ਕਹਿੰਦੇ ਨੇ ਜੇ ਜਾਣਾ ਮਰ ਜਾਈਏ ਘੁੰਮਣ ਆਈਏ, ਝੂਠੀ ਦੁਨੀਆ ਲਾਗਣ ਆਪ ਵੰਜਾਈਏ। ਕਹਿੰਦੇ ਜਦੋਂ ਪਤਾ ਮਰ ਜਾਣਾ, ਮਰਨ ਤੋਂ ਬਾਅਦ ਵਾਪਸ ਨਹੀਂ ਆਉਣਾ, ਗੁਰਬਾਣੀ ਹੈ। ਜੇ ਜਾਣਾ ਮਰ ਜਾਈਏ, ਜਦੋਂ ਪਤਾ ਮਰ ਜਾਣਾ ਆਪਾਂ, ਘੁੰਮਣ ਆਈਏ, ਘੁੰਮ ਮਤਲਬ ਕਿ ਵਾਪਸ ਨਹੀਂ ਫਿਰ ਮੁੜ ਕੇ ਦੁਬਾਰਾ ਨਹੀਂ ਆਉਣਾ। ਇਹ ਤਾਂ ਨਹੀਂ ਮੋਬਾਈਲ ਦਾ ਰਿਚਾਰਜ ਖਤਮ ਹੋਇਆ ਅਤੇ ਦੂਜਾ ਪਵਾ ਲਿਆ ਪੈਸੇ ਦੇ ਕੇ, ਇਹ ਤਾਂ ਜਨਮ ਦੀ ਗੱਲ ਹੈ।
ਵੀ ਇਹ ਪਤਾ ਨਹੀਂ ਹੈ ਵੀ ਆਪਾਂ ਇਸ ਜਨਮ ਤੋਂ ਬਾਅਦ ਦੁਨੀਆਂ 'ਚ ਵਾਪਸ ਆਉਣਾ ਕਿ ਨਹੀਂ ਆਉਣਾ। ਅਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਝੂਠੀ ਦੁਨੀਆਂ ਲੱਗ, ਦੁਨੀਆਂ ਝੂਠੀ ਦੇ ਪਿੱਛੇ ਲੱਗ ਕੇ ਕਿਉਂ ਆਪ ਵੰਝਾਈਏ, ਆਪਣੇ ਇਸ ਜਨਮ ਨੂੰ ਕਿਉਂ ਖਰਾਬ ਕਰਕੇ ਆਪਾਂ ਜਾਈਏ, ਕਿਉਂ ਖਰਾਬ ਕਰੀਏ। ਅਤੇ ਗੁਰਬਾਣੀ ਕੀ ਕਹਿੰਦੀ, ਗੁਰਬਾਣੀ ਕਹਿੰਦੀ ਇਹ ਵੀ ਨਹੀਂ ਹੈ ਕਿ ਜੇਕਰ ਇਸ ਜਨਮ ਦੇ ਵਿੱਚ ਤੂੰ ਬਾਣੀ ਪੜ੍ਹ ਰਿਹਾ ਤਾਂ ਅਗਲਾ ਜਨਮ ਤੇਰਾ ਵਧੀਆ ਹੋਏਗਾ, ਇਹ ਨਹੀਂ ਹੈ, ਇਹ ਕੋਈ ਗਰੰਟੀ ਨਹੀਂ। ਇਸ ਜਨਮ ਦੇ ਵਿੱਚ ਸੇਵਾ ਕਰ ਰਿਹਾ ਤਾਂ ਅਗਲਾ ਜਨਮ ਤੇਰਾ ਵਧੀਆ ਹੋਏਗਾ। ਆਪਾਂ ਕਿਵੇਂ ਕਹਿੰਦੇ ਅੱਗਾ ਸਵਾਰ ਲਈਏ, ਕਿਹੜਾ ਅੱਗਾ, ਕਿਹਨੇ ਵੇਖਿਆ, ਕਿਸੇ ਨੂੰ ਵੀ ਨਹੀਂ ਪਤਾ। ਸਤਿਗੁਰੂ ਨੇ ਜੀਵਨ, ਇਸ ਜੀਵਨ ਦੀ ਗੱਲ ਕੀਤੀ। ਗੁਰਬਾਣੀ ਕਿੱਥੇ ਵਰਤਦੀ ਹੈ, ਵਰਤਮਾਨ ਦੇ ਵਿੱਚ, ਵਰਤਮਾਨ ਦੇ ਵਿੱਚ ਰਹਿੰਦੀ ਹਮੇਸ਼ਾ, ਜੋ ਆਪਾਂ ਜੀਉ ਰਹੇ ਹਾਂ ਉਹਦੇ ਵਿੱਚ ਗੁਰਬਾਣੀ ਹੈ। ਅਤੇ ਗੁਰਬਾਣੀ ਸਾਨੂੰ ਦੱਸਦੀ ਹੈ ਆਹ ਜੋ ਤੇਰੇ ਕੋਲ ਹੈ ਉਹਨੂੰ ਸਵਾਰ, ਉਹਨੂੰ ਵਧੀਆ ਬਣਾ। ਜਿਵੇਂ ਭਾਈ ਵੀਰ ਸਿੰਘ ਨੇ ਕਿਹਾ ਨਾ, ਕੱਲ੍ਹ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਥ ਵਿੱਚ ਹੱਥਾਂ ਆਈ, ਕੱਲ੍ਹ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ। ਆਪਾਂ ਇਹੀ ਸੋਚਦੇ ਹਾਂ ਕੱਲ੍ਹ ਜਿਹੜਾ ਦਿਨ ਲੰਘਿਆ ਬੜਾ ਮਾੜਾ ਸੀ, ਜਿਹੜਾ ਆਉਣ ਵਾਲਾ ਆਪਾਂ ਕਹਾਂਗੇ ਵਾਹਿਗੁਰੂ ਕਿਰਪਾ ਕਰੀ ਚੰਗਾ ਹੋਵੇ। ਅਤੇ ਦੋਨਾਂ ਦੀਆਂ ਟੈਨਸ਼ਨਾਂ ਵਿੱਚ ਆਪਾਂ ਕਿਹਨੂੰ ਗਵਾ ਰਹੇ ਭਲਾ, ਅੱਜ ਨੂੰ। ਕੱਲ੍ਹ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਅੱਥਾਂ ਆਈ, ਕੱਲ੍ਹ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ ਇਹ ਬੀਤੇ ਮਹਾਰਸ ਪੀਂਦਿਆਂ। ਕਾਹਦੇ ਵਿੱਚ, ਕਿ ਪਰਮਾਤਮਾ ਦੀ ਯਾਦ ਵਿੱਚ ਗੁਜ਼ਰ ਜਾਏ। ਅਤੇ ਜਿਹੜਾ ਸਮਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੈਨੂੰ ਮਿਲਿਆ ਨਾ, ਉਸ ਸਮੇਂ ਨੂੰ ਵਧੀਆ ਬਣਾ ਕੇ ਚੱਲ। ਜਦੋਂ ਆਪਾਂ ਬਾਰਾਂ ਮਾਹ ਪੜ੍ਹਦੇ ਹਾਂ ਤਾਂ ਬਾਰਾਂ ਮਾਹਾਂ ਦਾ ਪਹਿਲਾ ਕਿਹੜਾ ਸ਼ਬਦ ਆਉਂਦਾ ਹੈ, ਕਿਰਤ। ਪਹਿਲਾ ਸ਼ਬਦ ਆਉਂਦਾ ਕਿਰਤ, ਕਿਰਤ ਕਰਮ ਕੇ ਵਿਛੜੇ, ਕਿਰਤ ਮਤਲਬ ਕੰਮ ਸਾਡੇ ਜੋ ਆਪਾਂ ਕਰਦੇ ਰੋਜ਼ਾਨਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਹੇ ਵਾਹਿਗੁਰੂ ਜੀ, ਅਸੀਂ ਆਪਣਿਆਂ ਕੰਮਾਂ ਕਰਕੇ ਨਾ ਤੇਤੋਂ ਦੂਰ ਹੁੰਦੇ ਜਾ ਰਹੇ ਹਾਂ, ਅਤੇ ਆਪ ਜੀ ਕਿਰਪਾ ਕਰੋ, ਸਾਨੂੰ ਇੰਨੀ ਕੁ ਸੋਝੀ ਦੇ ਦਿਓ ਅਸੀਂ ਚੰਗੇ ਕੰਮ ਕਰ ਸਕੀਏ ਅਤੇ ਤੇਰੇ ਨਾਲ ਜੁੜ ਸਕੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਝ ਐਸਾ ਕੰਸੈਪਟ ਸਾਨੂੰ ਦਿੱਤਾ।